No. ਮਸਲੇ ਨੇ ਪੰਜਾਬੀ ਬੋਲੀ ਦੇ ਵੀ ਸੋ ਇੱਕ ਨਹੀਂ ਯਾਰ ਤੁਹਾਡੇ ਵਿਰਸੇ ਦੇ ਅੱਜ ਦੇਖੋ ਸੱਭਿਆਚਾਰ ਤੇ ਹਮਲਾ ਅਟੈਕ ਹੈ ਸਾਡੇ ਤੇ ਇੱਕ ਮੈਂ ਪਿੱਛੇ ਜਿਹੇ ਗੀਤ ਸੁਣਿਆ ਮੈਂ ਇੰਟਰਵਿਊ ਸੁਣੀ ਇੱਕ ਗਾਇਕ ਦੀ ਕੋਈ ਮੂਸੇ ਵਾਲਾ ਪਤਾ ਨਹੀਂ ਕਿਹੜਾ ਸਿੱਧੂ ਮੂਸੇ ਵਾਲਾ ਉਹ ਕਹਿ ਰਿਹਾ ਇੱਕ ਇੰਟਰਵਿਊ 'ਚ ਕਹਿੰਦਾ ਜੀ ਮੈਂ ਉਹ ਗੀਤ ਲਿਖਦਾ ਅਤੇ ਉਹ ਗਾਉਣਾ ਜੋ ਮੇਰੀਆਂ ਫੀਲਿੰਗ ਨੇ ਜੋ ਮੇਰੀਆਂ ਭਾਵਨਾਵਾਂ ਨੇ ਜੋ ਮੇਰੇ ਦਿਲ ਦੇ ਵਾਲ ਨੇ ਅਤੇ ਉਹਦਾ ਗੀਤ ਆਇਆ ਕਹਿੰਦਾ ਜੱਟ ਪਤਾ ਨਹੀਂ ਉਸ ਪਿੰਡ ਨੂੰ ਬਿਲੋਂਗ ਕਰਦਾ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਹੈ ਜਾਂ ਜੱਟ ਦਾ ਲਾਇਸੈਂਸ ਨਹੀਂ ਲਿਆਂਦਾ ਛਾਤੀਆਂ ਦੇੜਨ ਦੇ ਲਈ ਇਸ ਤਰ੍ਹਾਂ ਦੇ ਗੀਤ ਕੀ ਉਹਦੀਆਂ ਭਾਵਨਾਵਾਂ ਨੇ ਇਹ ਕੀ ਉਹਦੀਆਂ ਫਿਰ ਬੈਠਾ ਉਹ ਕੈਨੇਡਾ 'ਚ ਪੜ੍ਹ ਰਿਹਾ ਇਸ ਟਾਈਮ ਉਹ ਜਿਹੜਾ ਮੂਸੇ ਵਾਲਾ ਜਿਹਨੂੰ ਕਹਿੰਦੇ ਆ ਅਤੇ ਉਹ ਗੀਤ ਗਾ ਕੇ ਸਾਡੀ ਨੌਜਵਾਨੀ ਨੂੰ ਗੁੰਮਰਾਹ ਕਰੀ ਜਾਂਦੇ ਆ ਸੋ ਇੱਕ ਨਹੀਂ ਯਾਰ ਵੀ ਸਾਡੇ ਇੱਕ ਪਾਸਿਓਂ ਅਟੈਕ ਆ ਸਾਡੇ ਵਿਰਸੇ 'ਤੇ ਸਾਡੀ ਬੋਲੀ 'ਤੇ ਸਾਡੇ ਪੰਜਾਬ ਦੀ ਧਰਤੀ 'ਤੇ ਅਟੈਕ ਆ ਪੰਜਾਬ ਦੇ ਪਾਣੀਆਂ 'ਤੇ ਹਮਲਾ ਹਰ ਸਾਲ ਦੇਖੋ ਪੰਜਾਬ ਦੇ ਪਾਣੀ ਕਿੰਨਾ ਥੱਲੇ ਚਲਿਆ ਜਾਂਦਾ ਪੰਜਾਬ ਦੇ ਹਾਲਾਤ ਇਹੋ ਜਿਹੇ ਬਣੇ ਖੜੇ ਇਹ ਵੀ ਇੱਕ ਚਾਲ ਹੈ ਤੁਸੀਂ ਇਹ ਦੇਖਿਓ ਬੜਾ ਟਾਈਮ ਨਹੀਂ ਪੈਂਦਾ ਪੰਜਾਂ ਚੌਂ ਸਾਲਾਂ 'ਚ ਪੰਜਾਬ ਨੇ ਤਬਾਹ ਹੋ ਜਾਣਾ ਪਾਣੀਆਂ ਦੇ ਪੱਖ 'ਤੇ ਹਰ ਸਾਲ ਪੰਜਾਬ ਦਾ ਪਾਣੀ 10 ਫੁੱਟ ਥੱਲੇ ਜਾਂਦਾ ਹੈ ਕਿਸੇ ਸਰਕਾਰ ਦਾ ਧਿਆਨ ਕਰਦਾ ਕੋਈ ਗੱਲ ਇਹਨਾਂ ਬਾਰੇ ਵੀ ਯਾਰ ਪੰਜਾਬ ਦੇ ਵਿੱਚ ਝੋਨੇ ਦਾ ਕੋਈ ਬਦਲਾਅ ਲਿਆਓ ਪੰਜਾਬ ਦਾ ਪਾਣੀ ਖਤਮ ਪੰਜਾਬ ਦੇ ਲੋਕ ਮਰ ਜਾਣਗੇ ਤੁਸੀਂ ਕਾਫੀ ਗੱਲਾਂ ਕੀਤੀਆਂ ਜਿਵੇਂ ਇਹ ਸਿੰਗਰ ਦਾ ਵੀ ਤੁਸੀਂ ਸਪੈਸ਼ਲੀ ਨਾਮ ਲਿਆ ਸਿੱਧੂ ਮੂਸੇ ਵਾਲਾ ਕਿ ਇਹਨਾਂ ਦੇ ਪਿੱਛੇ ਵੀ ਏਜੰਸੀਆਂ ਨੇ ਅਜਿਹੇ ਲੋਕਾਂ ਨੂੰ ਖੜੇ ਕਰਨ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਬੋਲੀ ਹੈ ਇਹਨਾਂ ਦੀ ਭਾਸ਼ਾ ਇਹਨੂੰ ਖਰਾਬ ਕੀਤਾ ਜਾਵੇ ਜੋ ਯੂਥ ਹੈ ਇਹਨਾਂ ਨੂੰ ਖਰਾਬ ਕੀਤਾ ਜਾਵੇ ਇਹ ਗੱਲ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਇਹਦੇ ਪਿੱਛੇ ਬੜੇ ਦੇਖੋ ਬਹੁਤ ਵੱਡੇ ਵੱਡੇ ਦਿਮਾਗ ਆ ਜਿਹੜੇ ਕੰਮ ਕਰਦੇ ਅਸੀਂ ਤਾਂ ਸੋਚ ਨਹੀਂ ਸਾਰੇ ਜਿੱਥੋਂ ਇਹ ਸ਼ੋਅ ਸ਼ੁਰੂ ਕਰਦੇ ਆ ਕੰਮ ਇਹਦੇ ਪਿੱਛੇ ਬਹੁਤ ਇੱਕ ਤਰੀਕਾ ਪੂਰਾ ਦਿਮਾਗ ਹੈ ਜੇ ਕਲਚਰ ਨੂੰ ਖਰਾਬ ਕਰਨਾ ਮੈਂ ਇੱਕ ਉਦਾਹਰਨ ਦਿੰਦਾ ਹੁੰਦਾ ਕਿ ਨੈਪੋਲੀਅਨ ਨਾ ਕਿਤੇ ਇੱਕ ਰਾਜਾ ਹੋਇਆ ਨੈਪੋਲੀਅਨ ਨੇ ਕਿਸੇ ਦੇਸ਼ ਨੂੰ ਫਤਿਹ ਕਰਨਾ ਸੀ ਅਤੇ ਉਹਨੇ ਉੱਥੇ ਕੋਈ ਫੌਜਾਂ ਨਹੀਂ ਭੇਜੀਆਂ ਕੋਈ ਅਸਲਾ ਨਹੀਂ ਭੇਜਿਆ ਉਹਨੇ ਥੋੜ੍ਹੇ ਜਿਹੇ ਬੰਦੇ ਭੇਜੇ ਕਹਿੰਦਾ ਥੋੜ੍ਹੇ ਜਿਹੇ ਬੰਦੇ ਜਾਓ ਉਸ ਦੇਸ਼ ਦਾ ਸੱਭਿਆਚਾਰ ਅਤੇ ਉਹਦੀ ਬੋਲੀ ਖਤਮ ਕਰ ਦਿਓ ਅਤੇ ਨੌਜਵਾਨ ਨੇ ਨਸ਼ੇ 'ਤੇ ਲਾ ਦਿਓ ਅਤੇ ਦੇਸ਼ ਨੇ ਗੁਲਾਮ ਹੋ ਜਾਣਾ ਇਵੇਂ ਹੋਇਆ ਸੋ ਇਹ ਹੁੰਦੇ ਆ ਸਕੀਮਾਂ ਇਹ ਉਸ ਪੋਲਿਸੀ 'ਤੇ ਚੱਲ ਰਹੇ ਨੇ ਦੇਖੋ ਸਿੱਧੇ ਮੱਥੇ ਪੰਜਾਬ ਕਦੇ ਮਰਿਆ ਨਹੀਂ ਪੰਜਾਬੀ ਕਦੇ ਮਰਿਆ ਨਹੀਂ ਸਿੱਖ ਕਦੇ ਮਰਿਆ ਨਹੀਂ ਜਦੋਂ ਮਰਿਆ ਹੁਣ ਸਾਡੀਆਂ ਜੜਾਂ 'ਤੇ ਦਾਤੀ ਹੈ ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਸਾਡੀਆਂ ਜੜਾਂ 'ਤੇ ਤੇਲ ਪਾਇਆ ਜਾ ਰਿਹਾ ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਗੱਲਾਂ ਦਾ ਪਤਾ ਉਦੋਂ ਲੱਗਣਾ ਜਦੋਂ ਸਾਰਾ ਕੁਛ ਢਹਿ ਢੇਰੀ ਹੋ ਗਿਆ ਵੀ ਭਾਂਡਾ ਕਿਹਾ ਸਾਰਾ ਕੁਛ ਕਰ ਗਿਆ ਹੱਥਾਂ 'ਚ ਤਾਂ ਉਹਦੇ ਪਰ ਸਾਡੇ ਪੱਲੇ ਰਹਿਣੇ ਕੁਛ ਨਹੀਂ